ਨਾਮ ਆਪਣਾ? ਦੀਪਕ ਮਾਂ ਹਾਂਜੀ, ਕਿੱਥੇ ਰਹਿਣ ਵਾਲੇ ਹੈ? ਢੱਕ ਪੰਡੋਰੀ ਸਰ, ਕੀ ਮਾਮਲਾ? ਕੀ ਜਿਹੜਾ ਲਦੇ ਆਪਣਾ ਇੱਥੇ ਆਏ ਤੁਸੀਂ ਆਪਣਾ ਸਿਵਲ ਹੋਸਪਿਟਲ 'ਚ? ਮਾਂ ਫੋਨ ਵੇਚਣ ਲੱਗਾ ਸੀ ਮੈਂ ਆਪਣਾ, ਮੁੰਡੇ ਆਏ ਸੀ ਓਵਰਲੈਕਸ ਦੇ ਵਿੱਚ, ਆਏ ਮੁੰਡੇ ਆਏ ਸੀਗੇ ਇੱਥੇ ਸ਼ੋਪ 'ਤੇ ਵੀ ਆਏ ਸਾਡੀ ਦੇ। ਤੁਹਾਡੀ ਸ਼ੋਪ ਆ? ਹਾਂਜੀ, ਕਾਹਦੀ ਹੈ ਸ਼ੋਪ? ਹੇਅਰ ਸਲੋਨ ਦੀ ਹੈ ਬਾਈ। ਕਿੱਥੇ ਹੈ ਸ਼ੋਪ? ਮੱਲਾ ਡੈਰੀ ਦੇ ਸਾਹਮਣੇ ਆਪਣੇ, ਸਿੰਗਲਾ ਮਾਰਕੀਟ 'ਚ। ਹਾਂਜੀ ਹਾਂਜੀ, ਫੋਨ ਸਾਡਾ ਦੇਖਣ ਦੇ ਬਹਾਨੇ ਉਹਨਾਂ ਨੂੰ ਲੈ ਗਏ ਉੱਥੇ, ਆਪਣੇ ਫੋਨ ਚੈੱਕ ਕਰਾਉਣ ਵਾਲੇ ਦੁਕਾਨ 'ਤੇ ਵੀ ਲੈ ਗਏ, ਉੱਥੇ ਦੁਕਾਨ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਦੁਕਾਨ 'ਤੇ ਲੈ ਕੇ ਚੱਲੇ ਸੀਗੇ, ਉੱਥੇ ਬਾਹਰ ਹਨੇਰੀ ਚੱਲਣ ਆ ਪਈ। ਉਹ ਕਹਿੰਦੇ ਗੱਡੀ ਸਾਡੀ 'ਚ ਬਹਿ ਜਾਓ, ਕੋਲ ਸਾਡੇ ਕੈਸ਼ ਸੀਗਾ 17,000 ਰੁਪਈਆ, ਭਾਈ ਨੂੰ ਵੀ ਦੇਣ ਚੱਲੇ ਸੀਗੇ, ਉਹ ਨਾਲ ਹੀ ਸਾਨੂੰ ਗੱਡੀ ਘੁੰਮਾ ਲਈ ਫੋਨ ਦਿਖਾਉਣ ਦੇ ਚੈੱਕ ਕਰਾਉਣ ਦੇ ਬਹਾਨੇ, ਅਤੇ ਉਹਨੂੰ ਗੱਡੀ ਤੇਜ਼ ਕਰ ਲਈ, ਗੱਡੀ ਤੇਜ਼ ਕਰਕੇ ਸਾਨੂੰ ਨਾਲ ਦੋ ਮੁੰਡਾ ਮੇਰੇ ਨਾਲ, ਇੱਕ ਹਰਮਨ ਸੀ ਉਹਦੇ ਨਾਲ ਹੀ ਗਿਆ ਸੀ, ਉਹਨਾਂ ਨੇ ਗੱਡੀ ਤੇਜ਼ ਕਰਕੇ ਸਾਨੂੰ ਮਾਰਿਆ ਕੁੱਟਿਆ, ਕਿੰਨਾ ਉਹਨਾਂ ਨੂੰ ਗੱਡੀ 'ਚੋਂ ਧੱਕਾ ਦੇ ਕੇ ਛੱਡ ਦਿੱਤਾ। ਅਤੇ ਕਿਹੜੀ ਗੱਡੀ ਕੋਈ ਪਤਾ ਚੱਲਿਆ? ਗੱਡੀ ਚਿੱਟੇ ਰੰਗ ਦੀ ਗੱਡੀ ਸੀਗੀ, ਸਵਿਫਟ। ਕਿੰਨੇ ਵਿਅਕਤੀਆਂ ਨੇ ਤੋਂ ਆਏ ਸੀ? ਤਿੰਨ ਜਾਣੇ ਸੀਗੇ ਬਾਈ। ਕੋਈ ਨਾਮ ਵਗੈਰਾ ਹੈ? ਕੋਈ ਪਹਿਚਾਣ ਦੇ ਵਿੱਚ ਆਏ ਹੋਣ ਬੰਦੇ? ਭਾਜੀ ਪਤਾ ਨਹੀਂ। ਕੋਈ ਫੋਨ ਨੰਬਰ ਹੈ? ਹਾਂਜੀ, ਕੋਈ ਫੋਨ ਨੰਬਰ? ਫੋਨ ਨੰਬਰ ਹੈਗਾ। ਕਿੰਨਾ ਨੰਬਰ ਹੈ ਫੋਨ ਦਾ? ਫੋਨ ਦਾ ਭਾਜੀ, ਅਤੇ ਕੋਈ ਮੂੰਹ ਵਗੈਰਾ ਬੰਨ ਕੇ ਆਏ ਸੀਗੇ ਜਾਂ ਕਿੱਦਾਂ? ਇੱਦਾਂ ਮੂੰਹ ਮੂੰਹ ਨਹੀਂ ਬੰਨੇ ਸੀਗੇ, ਇੱਦਾਂ ਸਿੰਪਲੀ ਸੀਗੇ ਜਿੱਦਾਂ ਹੈਗੇ। ਅਤੇ ਕਿੰਨੇ ਕੁ ਵਜੇ ਹੋਏ ਸਰ? ਸਰ ਅੱਧਾ ਘੰਟਾ ਪਹਿਲਾਂ ਸਮਾਨ ਦਾ। ਅਤੇ ਕਾਹਦੇ ਨਾਲ ਤੁਹਾਡੇ ਨਾਲ ਹਮਲਾ ਕੀਤਾ ਉਹਨਾਂ ਨੇ? ਹਮਲਾ ਉਹਨਾਂ ਦੇ ਕੋਲ ਰਿਵੋਲਵਰ ਸੀ, ਕਹਿੰਦੇ ਰਿਵੋਲਵਰ ਆ ਸਾਡੇ ਕੋਲ। ਅੱਛਾ ਜੀ। ਉਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਾਨੂੰ, ਉਹਨਾਂ ਦੇ ਨਾਲ ਮਾਰਿਆ, ਅੱਖ ਦੇ ਵਿੱਚ ਨਾਲ ਧੱਕੇ, ਛਾਤੀ 'ਚ ਮਾਰਿਆ। ਜਦੋਂ ਤੁਸੀਂ ਕਾਰ ਦੇ ਵਿੱਚ ਤੁਹਾਨੂੰ ਲੈ ਗਏ, ਫਿਰ ਤੁਹਾਨੂੰ ਕੀ ਕੀਤਾ ਉੱਥੇ? ਕਿੱਥੇ ਜਾ ਕੇ ਤੁਹਾਨੂੰ ਸਿੱਟਿਆ ਉਹਨਾਂ ਨੇ? ਕਾਰ ਸਾਨੂੰ ਉੱਥੇ ਲਵਲੀ ਦੇ ਪੌੜ ਤੋਂ ਗਾਂਹ ਜਾ ਕੇ ਹੱਡਾ ਰੋੜੀ ਕੋਲ ਸਿੱਟਿਆ ਦੋਨਾਂ ਨੂੰ। ਦੋਨਾਂ ਨੂੰ? ਹਾਂਜੀ। ਦੂਜੇ ਭਾਈ ਦਾ ਨਾਮ ਕੀ ਹੈ? ਦੂਜੇ ਭਾਈ ਦਾ ਹਰਮਨ। ਹਰਮਨ, ਤੁਸੀਂ ਇੱਕੋ ਹੀ ਪਿੰਡ ਦੇ ਆ? ਨਹੀਂ, ਮੈਂ ਇੱਥੋਂ ਢੱਕ ਪੰਡੋਰੀ ਦਾ। ਹਰਮਨ ਕਿੱਥੇ ਦਾ ਰਹਿਣ ਵਾਲਾ? ਹਰਮਨ ਈਸਪਾਲ ਦਾ ਹੈ ਜੀ, ਈਸਪਾਲ ਦਾ। ਅਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ? ਪੁਲਿਸ ਨੂੰ ਸ਼ਿਕਾਇਤ ਕਰਨੀ ਆ ਲਈ। ਹਾਂਜੀ ਕਰਨੀ ਆ। ਹਾਂਜੀ ਭਾਈ, ਕੀ ਨਾਮ ਆਪਣਾ? ਮੇਰਾ ਨਾਮ ਜੀ ਹਰਮਨ। ਹਾਂਜੀ, ਕੀ ਮਾਮਲਾ ਕੀ ਹੈ ਜਿਹੜਾ ਸਿਵਲ ਹੋਸਪਿਟਲ 'ਚ ਆਏ? ਨਹੀਂ, ਮੇਰਾ ਦੋਸਤ ਸੀਗਾ, ਉਹਨੂੰ ਫੋਨ ਸੈਂਡ ਕਰਨਾ ਪਿਆ ਸੀਗਾ, ਲੈਫਟ 'ਤੇ ਕੁਝ ਮੁੰਡੇ ਦੇਖਣ ਆਏ ਸੀਗੇ, ਇਹ ਉਹ ਦੇਖਣ ਆਏ ਅਤੇ ਪਹਿਲਾਂ ਦੁਪਹਿਰੇ ਚੈੱਕ ਕਰਕੇ ਗਏ, ਉਦੋਂ ਇਹ ਇਕੱਲਾ ਜਾ ਕੇ ਚੈੱਕ ਕਰਾਇਆ ਆ, ਮੁੜ ਕੇ ਸ਼ਾਮੀ ਤਕਰੀਬਨ 8:30 ਵਜੇ ਫੋਨ ਦੇਖਣ ਆਏ। ਇਹ ਉਸ ਟਾਈਮ ਆਪਾਂ ਫੋਨ ਦਿਖਾਉਣ ਗਏ, ਪਹਿਲਾਂ ਇਹ ਕਹਿੰਦੇ ਫੋਨ ਚੈੱਕ ਕਰਾਉਣਾ, ਆਪਾਂ ਹੋਰ ਦੁਕਾਨ 'ਤੇ ਚੈੱਕ ਕਰਾਇਆ, ਇਹ ਹੋਰ ਦੁਕਾਨ 'ਤੇ ਚੈੱਕ ਕਰਾ ਕੇ। ਫੋਨ ਕਿਹੜਾ ਸੀਗਾ ਜੀ? iPhone 13 Pro ਸੀਗਾ। ਹਾਂਜੀ, iPhone 13 Pro। ਅੱਛਾ ਜੀ। ਹਾਂਜੀ, ਤੁਸੀਂ ਕਿਹਨੂੰ ਦਿਖਾ ਲੈਣ ਗਏ ਜੀ? ਇਹ ਸਾਡੀ ਸ਼ੋਪ ਦੇ ਬੈਕ ਸਾਈਡ ਸੋਮੇ ਮੋਬਾਈਲ ਫੋਨ ਆ, ਉਹਨਾਂ ਚੈੱਕ ਕਰਾਉਣ ਗਏ ਸੀਗੇ। ਕਿੱਥੇ ਦੁਕਾਨ ਇਹਨਾਂ ਦੀ? ਇਹ ਸਰਾਇਆ ਰੋਡ 'ਤੇ ਜੀ। ਅੱਛਾ ਜੀ। ਹਾਂਜੀ, ਉਹਨਾਂ ਚੈੱਕ ਕਰਾ ਕੇ ਆ ਕੇ ਮੁੜ ਕੇ ਮੈਨੂੰ ਕਾਲ ਆ ਗਈ ਸੀਗੀ, ਅਤੇ ਮੈਂ ਸ਼ੋਪ 'ਤੇ ਰੁਕ ਗਿਆ ਸੀਗਾ, ਇਹ ਉਹਨਾਂ ਨਾਲ ਆ ਗਿਆ ਸੀਗਾ। ਹਾਂਜੀ, ਅਤੇ ਮੁੜ ਕੇ ਉਹਨੇ ਮੈਨੂੰ ਕਾਲ ਕੀਤੀ ਕਿ ਮੋਟਰਸਾਈਕਲ ਲੈ ਕੇ ਆਈ ਉੱਥੇ, ਜਦ ਤਾਂ ਹਨੇਰੀ ਚੱਲ ਪਈ ਮੈਂ ਉੱਥੇ ਪਹੁੰਚਿਆ, ਅਤੇ ਮੈਨੂੰ ਨਹੀਂ ਕਿਹਾ ਗੱਡੀ 'ਚ ਬਹਿ ਜਾ, ਮੈਂ ਗੱਡੀ ਦੇ ਵਿੱਚ ਬੈਠ ਗਿਆ, ਅਤੇ ਮੁੜ ਕੇ ਇਹ ਕਹਿੰਦੇ ਹੋਰ ਸ਼ੋਪ 'ਤੇ ਰੇਟ ਫੋਨ ਜਾਣਾ ਆ, ਮਤਲਬ ਚੈੱਕ ਕਰਾਉਣਾ ਫੋਨ ਕੀ ਕੰਡੀਸ਼ਨ ਕੀਤਾ ਜੀ ਫੋਨ ਦੀ, ਇਹ ਜਾਂ ਗੱਡੀ ਲੈ ਗਏ ਉੱਥੇ, ਆਪਾਂ ਇਹ ਬੈਂਕ ਮੋਹਰੇ ਮੋਟਰਸਾਈਕਲ ਖੜ੍ਹਾ ਕਰਤਾ ਜਿਹੜਾ ਲੈ ਗਿਆ ਸੀਗਾ ਮੈਂ, ਅਤੇ ਗੱਡੀ ਲੈ ਕੇ ਗਏ, ਅਤੇ ਮੁੜ ਕੇ ਉਹਨੇ ਗੱਡੀ ਭਜਾ ਲਈ ਉੱਥੋਂ, ਗੱਡੀ ਭਜਾ ਕੇ ਪਹਿਲਾਂ ਕਹਿੰਦੇ ਉਤਰੋ ਉਤਰੋ, ਹੈ ਮੁੜ ਕੇ ਕੁੱਟ ਮਾਰ ਕਰਨ ਲੱਗ ਪਏ, ਮੇਰੇ ਮੂੰਹ 'ਤੇ ਮੁੱਕੇ ਮਾਰੇ ਕੁੱਟਿਆ, ਅਤੇ ਚੱਲਦੀ ਗੱਡੀ ਦੇ ਵਿੱਚੋਂ ਮੈਨੂੰ ਧੱਕਾ ਦੇ ਦਿੱਤਾ, ਅਤੇ ਮੇਰਾ ਦੋਸਤ ਸੀਗਾ ਉਹਨੂੰ ਵੀ ਉਤਰਨ ਲੱਗਾ, ਉਹਨੂੰ ਤਾਕੀ ਬੰਦ ਕਰ ਲਈ ਉਹਨੇ, ਅਤੇ ਇਹਨੂੰ ਬੱਚੇ ਲੈ ਗਏ ਹੁਣ, ਅਤੇ ਰਿਵੋਲਵਰ ਕੱਟਣ ਲੱਗੇ ਸੀਗੇ। ਧੱਕਾ ਕਿੱਥੇ ਦਿੱਤਾ ਜੀ ਤੁਹਾਨੂੰ ਇਹਨਾਂ ਨੇ? ਇਹ ਮੈਨੂੰ ਪਿੱਛੇ
ਮੇਟਾ ਰੋਡ ਕੋਲ ਮੇਟਾ ਤੇ ਤੇ ਦੂਜੇ ਭਾਈ ਨੂੰ ਕਿੱਥੇ ਸਿੱਟਿਆ ਉਹਨਾਂ ਨੇ? ਉਹਨਾਂ ਨੂੰ ਹੱਡਾ ਰੋੜੀ ਕੋਲ ਹੋ ਗਏ ਹੱਡਾ ਰੋੜੀ ਤੇ ਉਹਨਾਂ ਕੋਲ ਹਥਿਆਰ ਵਗੈਰਾ ਸੀਗਾ ਕੋਈ? ਹਾਂਜੀ ਡਰਾਈਵਰ ਕੋਲ ਸੀਗਾ ਜੀ। ਹਾਂਜੀ ਕਿੰਨੇ ਵਿਅਕਤੀ ਸੀਗੇ ਉਹ? ਇਹ ਤਿੰਨ ਜਾਣੇ ਸੀਗੇ ਜੀ। ਤੇ ਤਿੰਨਾਂ ਨੇ ਤੁਹਾਨੂੰ ਕੁੱਟਿਆ? ਇਹ ਮੈਨੂੰ ਇੱਕ ਨੇ ਕੁੱਟਿਆ ਜਿਹੜਾ ਡਰਾਈਵਰ ਦੇ ਨਾਲ ਦੀ ਸੀਟ ਸੀਗਾ, ਬਾਕੀ ਦੋ ਨੇ ਉਹਨੂੰ ਕੁੱਟਿਆ। ਪਹਿਚਾਣ ਵਗੈਰਾ ਕਰ ਲੂੰਗੇ ਜੇ ਬੰਦੇ ਸਾਹਮਣੇ ਆਉਣ ਤੁਹਾਡੇ? ਹਾਂਜੀ ਜ਼ਰੂਰ। ਹਾਂਜੀ ਹਾਂਜੀ। ਗੱਡੀ ਦਾ ਕੋਈ ਨੰਬਰ ਨੰਬਰ ਹੋਵੇ ਤੁਹਾਡੇ? ਗੱਡੀ ਦਾ ਨੰਬਰ ਨਹੀਂ ਹੈਗਾ, ਉਦਾਂ ਸਿਲਵਰ ਕਲਰ। ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ? ਹਾਂਜੀ। ਕਿੰਨੇ ਵਿਅਕਤੀ ਆਏ ਸੀ? ਇਹ ਦੋ ਜਣੇ ਆਏ, ਇੱਕ ਗੱਡੀ ਦੇ ਵਿੱਚ ਰੱਖੇ, ਦੋ ਨਾਲ ਗਏ ਸੀ। ਤੇ ਕੀ ਪ੍ਰਸ਼ਾਸਨ ਨੂੰ ਮੰਗ ਰੱਖਦੇ ਆਪਾਂ? ਆਪਾਂ ਜੀ ਇਹੀ ਕਿ ਸਾਡਾ ਜੋ ਜੋ ਨੁਕਸਾਨ ਹੋਇਆ ਉਹ ਪੂਰਾ ਕਰ ਦਿਓ। ਇੱਕ ਫੋਨ ਖੋਲਿਆ ਅਤੇ 17,000 ਰੁਪਇਆ ਖੋਲਿਆ ਸੀਗਾ ਸਾਡਾ, ਸਾਡੇ ਕੋਲ ਭਾਜੀ ਨੂੰ ਦੇਣਾ ਸੀਗਾ ਅਤੇ ਭਾਜੀ ਹੁਣ ਘਰ ਗਏ ਸੀਗੇ, ਉਹਨਾਂ ਨੂੰ ਫੜਾ ਕੇ ਆਉਣਾ ਸੀਗਾ। ਫੋਨ ਕਿੰਨਾ ਮਹਿੰਗਾ ਸੀਗਾ ਆਪਾਂ? ਫੋਨ ਜੀ ਉਹੀ 50-55,000 ਤੱਕ। ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ? ਸਾਡਾ ਜੀ 60-65,000 ਤਾਂ ਹੋ ਗਿਆ। ਹਾਂਜੀ ਸਰ, ਕੀ ਮਾਮਲਾ ਕੀ ਜਿਹੜਾ ਅੱਜ? ਸਰ ਮੇਰੇ ਕੋਲ ਦੋ ਕੇਸ ਆਏ ਹੈ ਅਲੈਜਡ ਹਿਸਟਰੀ ਆਫ ਅਸੋਲਟ ਦੇ ਨਾਲ, ਅਤੇ ਦੋਨਾਂ ਦਾ ਪਰਚਾ ਕੱਟ ਦਿੱਤਾ ਗਿਆ, ਦੋਨੋਂ ਪੇਸ਼ੈਂਟ ਸਟੇਬਲ ਹੈ। ਕੰਡੀਸ਼ਨ ਕਿੱਦਾਂ ਸਰ? ਸਰ ਠੀਕ ਹੈ, ਸਟੇਬਲ ਹੈ ਦੋਨੋਂ ਪੇਸ਼ੈਂਟ।